सनी देओल के खिलाफ उसके गांव वालों ने ही खोला मोर्चा। गांव वालों ने कहा कि सनी देओल अपने पिता धर्मेंद्र के पुश्तैनी गांव डांगों का नहीं बना और एक बार फिर नहीं आया, वह गुरदासपुर के लिए क्या करेगा। उक्त विचार लोकसभा हल्का गुरदासपुर के भाजपा उम्मीदवार सनी देओल के पिता धर्मेंद्र के पुश्तैनी गांव डांगों के मौजूदा सरपंच अमृतपाल सिंह बॉबी ने अपने समूह पंचायत और धर्मेंद्र के रिश्तेदार नंबरदार चरणजीत सिंह सहित गुरदासपुर में प्रेस कॉन्फ्रेंस करके व्यक्त किए। सानू इनफॉर्मेशन हुई भी धर्मेंद्र तुहाडे गुआंढ पिंड आया भी सूण उहदे पिंड लै के ले आओ। असीं मोहतवर बंदे इकट्ठे हो के धर्मेंद्र नूं जाके पिंड लै के आए। वह पिंड आ गया, उहदे मन च सीगा भी मैनूं लोकी गले लगा लेंगे नहीं लगा लेंगे, उहदे मन च सीगा। पर पिंड ने बहुत सत्कार किया कि इन्ना ना होने करके भी साडे पिंड दे धर्मेंद्र ने पिंड डांगों पहुंचे ने। तो असीं गल्लां दो कीतियां, उन्हें कहा भी कल सने वाला जी उत्थे दो गल्लां होणगीआं तुहाडे नाल, मेरे वीर दे बैठे ने, इन्हां नाल भी दो गल्लां होईआं। असी उन्होंने यही डिमांड रखी थी भी पिंड तुहाडा पिंड आ डांगों भी तुसी स्टेडियम लई सानू कुछ दे दो भी तुहाडा नौ ते बना देंगे असी। पर उन्होंने कुछ लई पिंड लई नहीं कुछ किया। जो बंदा जन्म तो बाद पिंड नहीं आ सकिया वह गुरदासपुर हल्के च अपने एम पी बन तो बाद की कर लूगा। असीं तो यही कहना चाहते हैं भी इन्हों तो बचो, इन्हों भी बचो। असी तो मेरे जन्म तो पहले तो मैं पता नहीं कह नहीं सकता कुछ सन 13 ਦੇ ਵਿੱਚ ਆਇਆ ਸੀਗਾ ਪਿੰਡਾਂ ਨੂੰ, ਉਹ ਵੀ ਜਾ ਕੇ ਲੈ ਕੇ ਅਸੀਂ ਆਏ ਸੀਗੇ। ਅੱਜ ਤਾਂ ਮੇਰੇ ਵੀਰ ਨੇ ਕਿਹਾ ਸੀਗਾ ਵੀ ਸਟੇਡੀਅਮ ਬਣਾ ਦਿਉ ਪਿੰਡ ਲਈ ਜਾਂ ਗੁਰਦੁਆਰੇ ਲਈ, ਵੀ ਗੁਰਦੁਆਰਾ ਕੰਮ ਸ਼ੁਰੂ ਕਰਦਾ ਸੀ ਗੁਰਦੁਆਰੇ ਲਈ ਦਾਨ ਦੇ ਦਿਉ, ਪਰ ਜੋ ਬਾਕੀ ਮੇਰੇ ਵੀਰ ਨੂੰ ਪਤਾ ਇਹਨਾਂ ਕੰਮ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਬਈ ਇਹਨਾਂ ਦਾ ਪਿਓ ਸ਼ਨੀ ਦਿਓਲ ਦਾ ਪਿਓ ਇੱਕ ਵਾਰ ਅੰਗੋ ਪਿੰਡ ਆਇਆ। ਸਨੀ ਦਿਓਲ ਤਾਂ ਮੇਰਾ ਖਿਆਲ ਅਸੀਂ ਦੇਖਿਆ ਨਹੀਂ, ਮੇਰੀ 60 ਸਾਲ ਦੀ ਉਮਰ ਆ ਵੀ ਇਹ ਡਾਂਗੋ ਕਿਤੇ ਆਇਆ ਹੋਵੇ। ਇਹਦਾ ਫਾਦ ਇੱਕ ਵਾਰੀ ਆਇਆ 2013 'ਚ ਦੀਵਾਲੀਓ ਦੂਸਰੇ ਦਿਨ, ਮੈਨੂੰ ਇੱਕ ਉਹ ਦਿਨ ਵੀ ਯਾਦ ਆ। ਉਸ ਤੋਂ ਬਾਅਦ ਧਰਮਿੰਦਰ ਆਇਆ 2016 'ਚ, ਆਪਦੀ ਜੋ 2 ਕਿੱਲੇ ਜ਼ਮੀਨ ਸੀ ਇਹਦੇ ਨਾਂ 'ਤੇ ਉਹਨੂੰ ਵੇਚਣ ਆਇਆ ਸੀ। ਉਹਨਾਂ ਸ਼ੱਕਿਆਂ ਨੂੰ ਵੇਚੀ ਸਰਦਾਰਾ ਸਿੰਘ ਸਾਨੂੰ ਜਗੀਰ ਸਿੰਘ ਵੇਚ ਕੇ ਗਏ। ਇਹ ਸਬ ਰਜਿਸਟਰ ਰਾਏ ਕੋਟ ਨੇ ਰਜਿਸਟਰੀ ਕਰਾਈ, ਉੱਥੋਂ ਹੀ ਵਾਪਸ ਚਲੇ ਗਏ। ਸਾਡੇ ਪਿੰਡ ਦੇ ਜੋ ਚਰਨਜੀਤ ਸਿੰਘ ਨੰਬਰਦਾਰ ਸਾਡੇ ਨਾਲ ਬੈਠੇ ਨੇ, ਇਹਨੇ ਉਦੋਂ ਗਵਾਹੀ ਪਾਈ ਐਜ ਏ ਵਿਟਨੈਸ ਉਹਦੇ ਤੌਰ 'ਤੇ। ਅਸੀਂ ਤਾਂ ਤੁਹਾਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਪਰਿਵਾਰ ਜਿਹੜਾ ਬੰਦਾ ਅੱਜ ਤੱਕ ਆਪਦੇ ਜੱਦੀ ਪਿੰਡ ਨੂੰ, ਆਪਦੇ ਜੱਦੀ ਹਲਕੇ ਨੂੰ, ਆਪਦੇ ਜੱਦੀ ਜ਼ਿਲ੍ਹੇ 'ਤੇ ਕੋਲ ਆ ਕੇ ਉਹਨਾਂ ਨੇ ਕੁਛ ਨਹੀਂ ਕੀਤਾ ਡਿਵੈਲਪਮੈਂਟ ਦਾ, ਹੋਰਡਿੰਗ ਦਾ, ਤਾਂ ਗੁਰਦਾਸਪੁਰ ਲਈ ਉਹ ਕੁਛ ਨਹੀਂ ਕਰ ਸਕਦੇ। ਇਹ ਸਾਡਾ ਪੱਕਾ ਹੈ ਕਿਉਂਕਿ ਅਸੀਂ ਬਹੁਤ ਸਾਡੇ ਮੈਂ ਐਜ ਗੁਰਦੁਆਰੇ ਦਾ ਪ੍ਰਧਾਨ ਹਾਂ ਡਾਂਗੋ ਪਿੰਡ ਦਾ। ਸਾਡੇ ਬਹੁਤ ਤਕੜੀ ਇਮਾਰਤ ਗੁਰਦੁਆਰੇ ਦੀ 2005 ਤੋਂ ਸ਼ੁਰੂ ਹੋਈ ਆ, ਅੱਜ ਵੀ ਚੱਲ ਰਹੀ ਆ। ਅਸੀਂ ਉਹਦੇ ਸੰਬੰਧ 'ਚ ਵੀ ਕੀਤੀ ਵੀ ਤੁਸੀਂ ਸਾਨੂੰ ਦਾਨ ਦੇ ਕੇ ਜਾਓ। ਸਾਡੇ ਗੁਰਦੁਆਰੇ ਨੂੰ ਕੋਈ ਬਹੁਤੀ ਵੱਡੀ ਜ਼ਮੀਨ ਜਾਇਦਾਦ ਨਹੀਂ ਸੀਗੀ, ਅਸੀਂ ਉਹਦੇ ਖਾਤਰ ਵੀ ਫੋਨ ਵੀ ਕੀਤੇ, ਮੈਸੇਜ ਵੀ ਕਨਵੇ ਕੀਤੇ, ਉਹਨਾਂ ਖਾਤਰ ਜਾਂ ਕੋਈ ਹੋਰ ਸੋਸ਼ਲ ਕੰਮਾਂ ਖਾਤਰ ਇੱਕ ਵੀ ਪੈਣੀ ਸਾਡੇ ਪਿੰਡ ਨਹੀਂ ਆਈ। ਇਹਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਜੋ ਜੁਮਲੇ ਦਿਖਾ ਕੇ ਇੱਥੇ ਤੁਹਾਡੇ ਤੋਂ ਵੋਟ ਲੈ ਜਾਵੇ ਉਹਨੇ ਤੁਹਾਡੇ ਗੁਰਦਾਸਪੁਰ ਲਈ ਕੁਛ ਨਹੀਂ ਕਰਨਾ। ਜਿਹੜਾ ਡਾਂਗੋ ਲਈ ਨਹੀਂ ਕੁਛ ਕਰ ਸਕਿਆ, ਜੱਦੀ ਪਿੰਡ ਲਈ ਨਹੀਂ ਕਰ ਸਕਿਆ, ਅਸੀਂ ਦਿਓਲ ਗੋਤ ਹਾਂ, ਦਿਓਲ ਸਾਡਾ ਗੋਤ ਆ, ਉਹਨਾਂ ਲਈ ਨਹੀਂ ਕਰ ਸਕਿਆ ਤਾਂ ਤੁਹਾਡੇ ਲਈ ਕੀ ਕਰੂਗਾ। ਉਹਨਾਂ ਨੇ ਬਤਾਇਆ ਕਿ ਧਰਮੇਂਦਰ 2003 ਮੇਂ ਕੇਵਲ ਇੱਕ ਵਾਰ ਗਾਂਵ ਆਏ ਥੇ, ਇਸਕੇ ਬਾਅਦ 2016 ਮੇਂ ਗਾਂਵ ਮੇਂ ਆਪਣੇ 2 ਏਕੜ ਜ਼ਮੀਨ ਵੇਚਣੇ ਕੇ ਲਈ ਆਏ ਥੇ। ਗਾਂਵ ਨਿਵਾਸੀਓ ਨੇ ਉਨਕੇ ਸਾਹਮਣੇ ਖੇਲ ਸਟੇਡੀਅਮ, ਗੁਰਦੁਆਰੇ ਕੇ ਨਿਰਮਾਣ ਵ ਅਨਯ ਵਿਕਾਸ ਕੇ ਸਹਿਯੋਗ ਕੀ ਅਪੀਲ ਕੀ ਥੀ, ਜਿਸੇ ਧਰਮੇਂਦਰ ਨੇ ਕਭੀ ਨਹੀਂ ਮਾਨਾ। ਜੋ ਵਿਅਕਤੀ ਆਪਣੇ ਗਾਂਵ ਕੇ ਲਈ ਕੁਛ ਨਹੀਂ ਕਰ ਸਕਾ, ਗੁਰਦਾਸਪੁਰ ਕੇ ਲਈ ਕਿਆ ਕਰੇਗਾ। ਇਸ ਲਈ ਉਹਨਾਂ ਨੇ ਕਿਹਾ ਕਿ ਲੋਕ ਸੋਚ ਸਮਝ ਕਰ ਇਸ ਪੇ ਭਰੋਸਾ ਕਰੇ।